ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦੁਲਿਹੋ ਮੁਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਆਪਣੇ ਕੋਲ ਤਿੰਨ ਮੱਝਾਂ ਸੇਲ ਵਾਸਤੇ ਲੱਗੀਆਂ ਇੱਕੇ ਮੱਝ ਆ ਕੀ ਤੀਜੇ ਸੂਈ ਹੋ ਸਕਦੀ ਚੌਥੇ ਸੂਈ ਵੀ ਹੋ ਸਕਦੀ ਆ ਖੁੱਲਾ ਆਡਰ ਆਗਾ ਪੂਰਾ ਹਫਤੇ ਕਦੀ ਸੂਈ ਹੋਈ ਆ 17 ਕਿਲੋ ਦੁੱਧ ਲਗਭਗ ਕੰਡੇ ਵਾਲਾ ਤਿਆਰ ਆ ਕੱਲ ਆਈ ਸੀਗੀ ਮੱਝੇ ਆਪਣੇ ਕੋਲੇ 1.5 ਲੱਖ ਰੁਪਿਆ ਰੇਟ ਆ ਇਹਦਾ ਉਮੀਦ ਹੈਗੀ ਇਹ 20 ਕਿਲੋ ਦੁੱਧ ਕਰੂਗੀ ਆਮ ਨਾਲ ਬਾਕੀ ਜਦੋਂ ਦੁੱਧ ਕਰੀਏ ਉਦੋਂ ਪੂਰੀ ਜਵਾਈ ਦੀ ਵੀਡੀਓ ਪਾਵਾਂਗੇ ਸਾਫ਼ ਆਡਰ ਕੋਈ ਥਣ ਘੱਟ ਵੱਧ ਨਹੀਂ ਹੈਗਾ ਇਸ ਕਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦਾ 1.5 ਲੱਖ ਰੁਪਏ ਰੇਟ ਦਾ ਦੇਣ ਲੈਣ ਲਗਭਗ ਇੱਕ ਨੰਬਰ ਵਾਲੀ ਮੱਝ ਆ ਗਈ ਇੱਕ ਇਹ ਦੋ ਨੰਬਰ ਵਾਲੀ ਝੋਟੀ ਆ ਗਈ ਪਹਿਲਾ ਸੂਆਗਾ ਦੋ ਦੰਦ ਦਾ ਇਹਦੇ ਦੰਦ ਦਿਖਾਉਣ ਦੀ ਵੀ ਕੋਸ਼ਿਸ਼ ਕਰੀ ਆ ਖੁੱਲਾ ਡਰਾਇ ਦਾ ਵੀ ਪੂਰਾ ਖੁੱਲਾ ਕਰਦਾਗਾ 14 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ 15 ਦਿਨਾਂ ਦੇ ਲਗਭਗ ਸੂਈ ਵੀ ਇਹੇ 1,35,000 ਰੁਪਏ ਰੇਟ ਦਾ ਲੈਣ ਦੇਣਾ ਥੋੜਾ ਕੈਮਰੇ ਤੋਂ ਜਰੂਰ ਥੋੜਾ ਡਰ ਰਹੀ ਅੱਜ ਹੀ ਆਈ ਸੀਗੀ ਆਪਣੇ ਕੋਲੇ ਉਮੀਦ ਹੈਗੀ ਐ ਕਿ 2-2 ਕਿਲੋ ਦੁੱਧ ਹੋਰ ਕਰਨ ਦੀ ਇਹਦਾ ਬੱਚਾ ਮਗਰ ਇਹਦੇ ਕੱਟਾਗਾ ਇਹ ਵੀਡੀਓ ਤੋਂ ਐਂਡ 'ਚ ਆਪਾਂ ਇਹਦੇ ਦੰਦ ਦਿਖਾਉਣ ਦੀ ਵੀ ਕੋਸ਼ਿਸ਼ ਕਰੀ ਆ ਬਾਕੀ 1-2 ਦਿਨਾਂ ਤੱਕ ਸਮਾਰ ਕੇ ਇਹਦੇ ਪੱਟ ਕੇ ਦੰਦ ਵੀ ਦਿਖਾਵਾਂਗੇ ਚਵਾਈ ਵੀ ਦਿਖਾਵਾਂਗੇ ਇਹਦੀ ਇਹ 1 ਨੰਬਰ ਵਾਲੀ ਮੱਝ ਆ ਇਹਦਾ 1,35,000 ਰੁਪਏ ਰੇਟ ਹੈ ਜਿਹੜੀ ਦੋ ਦੰਦ ਝੋਟੀਆਂ ਲੈਣ ਦੇਣ ਇਹਦਾ 1.5 ਲੱਖ ਰੁਪਏ ਰੇਟ ਆ ਇੱਕ ਇਹ ਝੋਟੀ ਆ ਦੂਜਾ ਸੂਆ ਕੁਲਾ ਆਰਡਰ ਆ ਇਹਦੇ ਥੱਲੇ ਵੀ ਹਫ਼ਤੇ ਲਈ ਸੂਈ ਥੱਲੇ 16 ਕਿਲੋ ਦੁੱਧ ਤਿਆਰ ਆ ਉਮੀਦ ਹੈਗੀ ਐ 18-19 ਕਿਲੋ ਦੁੱਧ ਇਹ ਵੀ ਕੱਢੂ ਸਾਫ ਡਰਾ ਗਾੜੀ ਵੀ ਤਾਂ 30 ਕਿਲੋ ਦੇ ਲਗਭਗ ਆ। ਬਿਲਕੁਲ ਨਰਮ ਜਵਾਈਆ ਛੋਟਾ ਸਿੰਗਾ ਮੰਗਰ ਇਹਦੇ ਵੀ ਕਟਾਗਾ। ਹਫਤੇ ਕਿਤੇ ਲਗਭਗ ਸੂਈ ਵੀ ਇਹ ਵੀ ਇਹ ਹੈਗੀ ਹੈਗੀ 8-9 ਦਿਨਾਂ ਦੇ ਲਗਭਗ ਤੋਂ ਵੱਧ ਹੋਊਗੀ। 16 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ। ਇਹਦਾ 1,40,000 ਰੁਪਏ ਰੇਟ ਆ। ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ। ਇਹਨਾਂ ਦੇ ਬੱਚੇ ਨੇ ਮੰਗਸੂਮ ਦਿਖਾ ਵੀ ਦਿੰਨੇ ਆ ਤੁਸੀਂ ਦੇਖ ਵੀ ਸਕਦੇ ਹੋ ਵੀ ਕਹੇ ਕਿੰਨੇ ਦਿਨਾਂ ਦੇ ਹੋਣਗੇ ਇਹ। ਹਫਤੇ ਦੇ ਬਾਅਦ ਤੋਂ ਬਾਅਦ 8-9 ਦਿਨਾਂ ਦੇ ਲਗਭਗ ਸੂਈਆਂ ਨੇ ਦੋਨੇ ਮੱਝਾ ਇੱਕੋ ਜਾਂ ਕੋਈ ਇੱਕ ਅੱਧੇ ਦਿਨ ਦਾ ਫਰਕ ਹੋ ਸਕਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸੰਨ ਰੇਟ ਆਪਾਂ ਬਿਲਕੁਲ ਦੇਣ ਲੈਣ ਵਾਲੇ ਦੱਸੇ ਹੋਏ ਨੇ ਚ ਬਾਕੀ ਇਹ ਝੋਟੀ ਦੀ ਆਪਾਂ ਕੋਸ਼ਿਸ਼ ਕਰਦੇ ਥੋੜੀ ਦੰਦ ਦਿਖਾਉਣ ਦੀ ਵੀ ਇਹ ਇੱਕ ਨੰਬਰ ਵਾਲੀ ਝੋਟੀ ਆ ਗਈ ਇਹ ਤਾਂ ਨੰਬਰ ਵਾਲੀ ਆ ਇਹ ਦੋ ਨੰਬਰ ਇਹ ਆਪਾਂ ਇਹ ਦੰਦ ਦਿਖਾਉਣ ਦੀ ਵੀ ਕੋਸ਼ਿਸ਼ ਕਰਦੇ ਆਂ ਜਗਾਲੀ ਕਰਦੇ ਤੇ ਰਾਜੀ ਆਈ ਸੀ ਮੱਝ ਕਈ ਵਾਰ ਨਹੀਂ ਆ ਪਾ ਦੰਦ ਪਟਕੇ ਕਈ ਵਾਰ ਡਰ ਜਾਂਦਾ ਪਸ਼ੂ ਖੋਲਾ ਕੱਦਾ ਦੋ ਦੰਦਾਂ ਦਾ ਸੁਨ ਦੰਦ ਸਕਰੀਨ 'ਚ ਵੀ ਦਿਖ ਰਹੇ ਨੇ ਬਾਕੀ ਇੱਕ ਦੋ ਦਿਨਾਂ ਦਾ ਕਪਸ਼ ਸਪੈਸ਼ਲ ਵੀਡੀਓ ਬਣਾਵਾਂਗੇ ਉਹ ਪੂਰੇ ਦੰਦ ਦੇ ਸਮਾਰ ਕੇ ਪਟਕੇ ਦਿਖਾਵਾਂਗੇ 14 ਕਿਲੋ ਦੁੱਧ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ